एक पासे तां शाहकोट जिमनी चोण लई सियासी पारा भख्या होया ते दूजे पासे आंगनवाड़ी वर्करां दी यूनियन पंजाब सिटू ने अपनियां मंगां कैप्टन सरकार वल्लों पूरियां ना होण दे कारण शाहकोट दे बस स्टैंड ते कैप्टन सरकार खिलाफ जम के नारेबाजी कीती। आंगनवाड़ी वर्करां ने कहा कि असीं अकाली भाजपा सरकार दे समय तो संघर्ष करदे आ रहे हां, ना तां पिछली अकाली सरकार ने अते ना ही हुण दी मौजूदा सरकार ने साडियां मंगां मन्नियां ने, इस लई असीं सरकार खिलाफ प्रदर्शन कर रहे हां। उन्हां इह वी कहा कि सरकार साडे अधिकार खत्म करन ते लगी होई है, जेकर सरकार ने साडियां मंगां ना मन्नियां तां आने वाले दिनां विच संघर्ष नूं होर तेज कीता जावेगा। ਸਾਡਾ ਜਿਹੜਾ ਇਹ ਅੱਜ ਦਾ ਇੱਥੇ ਐਜੀਟੇਸ਼ਨ ਸੀਗਾ, ਇਹ ਜਿਮਨੀ ਚੋਣਾਂ ਦੇ ਕਾਰਨ ਅਸੀਂ ਇੱਥੇ ਅੱਜ ਦਾ ਝੰਡਾ ਮਾਰਚ ਰੱਖਿਆ ਹੈਗਾ ਅਤੇ ਪਰ ਹੁਣੀ ਹੁਣੀ ਸਾਡੀ ਜਿਹੜੀ ਹੈਗੀ ਮੀਟਿੰਗ ਉਹ ਐਸ ਡੀ ਸੰਧੂ ਸਾਹਿਬ ਨਾਲ ਹੋ ਕੇ ਹਟੀ ਹੈਗੀ ਅਤੇ ਉਹਨਾਂ ਨੇ ਸਾਨੂੰ ਆਸ਼ਵਾਸਨ ਵੀ ਦਵਾਇਆ ਅਤੇ ਸਾਨੂੰ ਮੀਟਿੰਗ ਦਿੱਤੀ ਹੈਗੀ ਅਗਲੇ ਮਤਲਬ ਜਿੰਨੀਆਂ ਵੀ ਸਾਡੀਆਂ ਮੰਗਾਂ ਨੇ ਉਹਨਾਂ ਦੇ ਉੱਤੇ ਹੱਲ ਕਰਵਾਉਣ ਸੰਬੰਧੀ। ਅੱਜ ਦਾ ਜਿਹੜਾ ਇਹ ਸਾਡਾ ਐਜੀਟੇਸ਼ਨ ਸੀਗਾ ਇਸ ਲਈ ਰੱਖਿਆ ਗਿਆ ਕਿਉਂਕਿ ਅਸੀਂ ਬਹੁਤ ਲੰਬੇ ਸਮੇਂ ਤੋਂ ਲਗਾਤਾਰ ਜਿਹੜੇ ਸੰਘਰਸ਼ ਦੇ ਮੈਦਾਨ ਵਿੱਚ ਹਾਂ ਔਰ ਬਹੁਤ ਹੀ ਮਤਲਬ ਨਿਗੂਣੀਆਂ ਜਿਹੀਆਂ ਜਿਹੜੀਆਂ ਛੋਟੀਆਂ ਜਿਹੀਆਂ ਮੰਗਾਂ ਨੇ ਜਿਨ੍ਹਾਂ ਦੇ ਉੱਤੇ ਬਹੁਤ ਕੋਈ ਵੱਡਾ ਮਤਲਬ ਸਰਕਾਰ ਨੂੰ ਖਰਚਾ ਵੀ ਨਹੀਂ ਕਰਨਾ ਪੈਣਾ ਹੈਗਾ। ਜਿਹੜੀ ਹੈ ਸਾਡੀ ਪ੍ਰੀ ਸਕੂਲ ਐਜੂਕੇਸ਼ਨ ਸਾਡੀ ਵਾਪਸ ਦਿੱਤੀ ਜਾਵੇ ਔਰ ਦੂਸਰੀ ਹੈ ਸਾਡੀ ਹਰਿਆਣਾ ਪੈਟਰਨ ਦੀ, ਕਿਉਂਕਿ ਸਾਡਾ ਗੁਆਂਢੀ ਰਾਜ ਹਰਿਆਣਾ ਜਿਹੜਾ ਹੈਗਾ ਉਹ ਬਹੁਤ ਹੀ ਮਗਰੋਂ ਸਾਡੇ ਨਾਲ ਹੋਂਦ ਵਿੱਚ ਆਇਆ ਪਰ ਉਹ ਸਾਡਾ ਪੰਜਾਬ ਨੰਬਰ 1 ਹੁੰਦਾ ਸੀ ਅੱਜ ਪਰ ਹਰਿਆਣਾ ਨੰਬਰ 1 ਕਹਿਵਾ ਰਿਹਾ। ਪੰਜਾਬ ਦੀ ਸਰਕਾਰ ਨੇ ਸਾਡਾ 22 ਤਰੀਕ ਨੂੰ ਜਿਹੜੀ ਸਾਡੀ ਮੀਟਿੰਗ ਦਿੱਤੀ ਹੈ, ਜੇ ਉਹਦੇ ਵਿੱਚ ਜਿਹੜਾ ਇਹ ਠੋਸ ਫੈਸਲਾ ਕੋਈ ਨਾ ਨਿਕਲਿਆ ਤਾਂ ਅਸੀਂ 28, 29, 30 ਨੂੰ ਅਸੀਂ ਸ਼ਹੀਦਾਂ ਦੀ ਧਰਤੀ ਦੇ ਉੱਤੋਂ ਅਸੀਂ ਪੈਦਲ ਮਾਰਚ ਕਰ ਰਹੇ ਹਾਂ ਅਤੇ ਜੇਕਰ ਉਸ ਟਾਈਮ ਵੀ ਸਾਡਾ ਕੋਈ ਫੈਸਲਾ ਤਾਂ ਅਸੀਂ ਬਹੁਤ ਤਿੱਖਾ ਸੰਘਰਸ਼ ਹੈ ਜਿਸ ਦੀ ਜਿਹੜੀ ਸਰਕਾਰ ਜ਼ਿੰਮੇਵਾਰੀ ਹੋਊਗੀ, ਕਿਉਂਕਿ ਮੇਨ ਆ ਸਾਡੇ 3 ਤੋਂ 6 ਸਾਲ ਦੇ ਬੱਚੇ, ਜੇ 3 ਤੋਂ 6 ਸਾਲ ਦੇ ਬੱਚੇ ਸਾਡੇ ਕੋਲ ਨਾ ਰਹੇ ਤਾਂ ਜਿਹੜੀ ਸਾਡੀ ਨੌਕਰੀ ਵੀ ਖਤਰੇ ਅਤੇ ਉਹਨਾਂ ਬੱਚਿਆਂ ਦਾ ਜਿਹੜਾ ਭਵਿੱਖ ਵੀ ਆ, ਜਿਹੜੀਆਂ ਸਾਡੀਆਂ 3 ਤੋਂ 6 ਸਾਲ ਦੇ ਬੱਚੇ ਦੇ ਰੌਣਕਾਂ ਨੇ, ਜਿੰਨਾ ਚਿਰ ਅਸੀਂ ਉਹ ਵਾਪਸ ਨਹੀਂ ਲੈ ਕੇ ਆਉਂਦੇ ਉਹਨਾਂ ਚਿਰ ਅਸੀਂ ਆਪਣਾ ਜਿਹੜਾ ਐਜੂਕੇਸ਼ਨ ਲਗਾਤਾਰ ਕਰਦੇ ਹਾਂ। ਜਲੰਧਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ, ਚੈਨਲ ਪੰਜਾਬ।